ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਬਰਗਾੜੀ 'ਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਲੈ ਕੇ ਅਤੇ ਹੋਏ ਕਤਲਕਾਂਡ 'ਚ ਇਨਸਾਫ ਦੀ ਮੰਗ ਨੂੰ ਲੈ ਕੇ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਦੇ ਨੇਤਾ ਅਤੇ ਸਾਬਕਾ ਸਾਂਸਦ ਧਿਆਨ ਸਿੰਘ ਮੰਡ ਵੱਲੋਂ ਬਰਗਾੜੀ 'ਚ ਲਗਾਏ ਗਏ ਇਨਸਾਫ ਮੋਰਚੇ 'ਚ ਸ਼ਾਮਿਲ ਹੋਣ ਦੇ ਲਈ ਅੱਜ ਫਿਰੋਜ਼ਪੁਰ ਤੋਂ ਸਿੱਖਾਂ ਦਾ ਇੱਕ ਵੱਡਾ ਕਾਫਲਾ ਰਵਾਨਾ ਹੋਇਆ, ਜਿਸ ਨੂੰ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਰਵਾਨਾ ਕੀਤਾ। ਇਸ ਮੌਕੇ ਮਾਨ ਨੇ ਕਿਹਾ ਕਿ ਬਰਗਾੜੀ 'ਚ ਲਗਾਏ ਗਏ ਇਨਸਾਫ ਮੋਰਚੇ 'ਚ ਪੰਜਾਬ ਭਰ 'ਚੋਂ ਸਿੱਖ ਸੰਗਤਾਂ ਪਹੁੰਚ ਰਹੀਆਂ ਹਨ ਅਤੇ ਇਸੇ ਤਰ੍ਹਾਂ ਅੱਜ ਫਿਰੋਜ਼ਪੁਰ ਤੋਂ ਵੀ ਸਿੱਖ ਸਹਿਬਾਨ ਇਨਸਾਫ ਮੋਰਚੇ 'ਚ ਸ਼ਾਮਿਲ ਹੋਣ ਲਈ ਜਾ ਰਹੇ ਹਨ। ਇਨਸਾਫ ਮੋਰਚਾ ਸਿੰਘ ਸਾਹਿਬ ਭਾਈ ਧਿਆਨ ਸਿੰਘ ਮੰਡ ਨੇ ਮਹੀਨਾ ਚੌਥੇ ਹੋ ਗਿਆ ਲਾਇਆ ਹੋਇਆ ਬਰਗਾੜੀ ਵਿਖੇ। ਇਹਦੀ ਮਹੱਤਤਾ ਤੋਂ ਤੁਸੀਂ ਸਾਰੇ ਜਾਣਦੇ ਹੋ। ਮੈਂ ਤਾਂ ਸਿਰਫ ਇੰਨਾ ਕਹਿਣਾ ਚਾਹੁੰਦਾ ਕਿ ਹੁਣ ਫਿਰੋਜ਼ਪੁਰ ਤੋਂ ਇੱਕ ਹੋਰ ਸਾਡਾ ਵੱਡਾ ਕਾਫਲਾ ਚੱਲਿਆ, ਸੰਤ ਮਹਾਂਪੁਰਖ ਸਾਰੇ ਇਹਦੇ ਵਿੱਚ ਸ਼ਾਮਿਲ ਹੈਗੇ ਹੈ। ਅਤੇ ਜ਼ਿਆਦਾ ਗੱਲ ਤਾਂ ਉੱਥੇ ਕਰਾਂਗੇ, ਕਿਉਂ ਕਰਕੇ ਅੱਜ ਭੋਗ ਪਾਉਣਾ ਅਸੀਂ ਜਿਹੜੇ ਸਿੱਖ ਅਫਗਾਨਿਸਤਾਨ ਦੇ ਵਿੱਚ ਸ਼ਹੀਦ ਹੋਏ ਹੈ, ਅਤੇ ਜਿਹੜੀਆਂ ਸਾਰੀਆਂ ਮੰਗਾਂ ਹੈਗੀਆਂ ਉਹਨਾਂ ਦੀਆਂ ਸਿੰਘ ਪੰਜਾਬ ਦੇ ਵਜ਼ੀਰ ਬਾਜਵਾ ਸਾਹਿਬ ਸਿੰਘ ਸਾਹਿਬ ਭਾਈ ਮਾਨ ਸਾਹਿਬ ਦੇ ਨਾਲ ਅਤੇ ਕਮੇਟੀ ਦੇ ਨਾਲ ਗੱਲਬਾਤ ਕਰਕੇ ਉਹਨਾਂ ਨੇ ਹੁਣ ਐਲਾਨ ਕਰਨਾ। ਮੈਂ ਸੰਗਤ ਨੂੰ ਇਹੀ ਕਹਿਣਾ ਚਾਹੁੰਦਾ ਕਿ ਜਿਹੜੇ ਤਾਂ ਲੋਕ ਪਿੰਡਾਂ 'ਚ ਰਹਿੰਦੇ ਆ, ਖੇਤੀ ਕਰਦੇ ਆ ਜਾਂ ਖੇਤੀ ਕਰਾਉਂਦੇ ਆ ਜਾਂ ਹਿੱਸਾ ਲੈਂਦੇ ਆ, ਉਹਨਾਂ ਨੂੰ ਤਾਂ ਪਤਾ ਕਿ ਜਦੋਂ ਚੂਹੇ ਦਾ ਪਤਾ ਲੱਗ ਜੇ ਖੁੱਡ 'ਚ ਹੈ ਅਤੇ ਜੇ ਪਾਣੀ ਲਾ ਦਈਏ ਤਾਂ ਫਿਰ ਉਹ ਖੁੱਡ 'ਚੋਂ ਬਾਹਰ ਨਿਕਲ ਆਉਂਦਾ। ਹੁਣ ਆਓ ਆਪਾਂ ਸਾਰਾ ਕੰਮ ਕਰਦੇ ਆ, ਖੇਤ ਨੂੰ ਪਾਣੀ ਲਾ ਦਈਏ ਤੇ ਚੂਹਾ ਬਾਹਰ ਨਿਕਲ ਆਉਂਦਾ। ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ, ਜਿਹਦੇ ਵਿੱਚ ਅਸੀਂ ਤੁਹਾਨੂੰ ਦਿਖਾਉਂਦੇ ਰਹਾਂਗੇ ਨਿਊਜ਼ ਅਪਡੇਟ, ਸਪੈਸ਼ਲ ਸਟੋਰੀਜ਼, ਲਾਈਵ ਕਨਸਰਟ ਤੇ ਇਦਾਂ ਦੀਆਂ ਹੋਰ ਵੀ ਗਤੀਵਿਧੀਆਂ ਨੂੰ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ। ਨੀਚੇ ਦਿੱਤੇ ਹੋਏ ਸਬਸਕ੍ਰਾਈਬ ਐਂਡ ਬੈਲ ਦੀ ਆਪਸ਼ਨ ਤੇ ਕਲਿੱਕ ਕਰੋ ਤਾਂ ਕਿ ਅਸੀਂ ਸਾਡੀਆਂ ਲੇਟੈਸਟ ਅਪਡੇਟਸ ਨੂੰ ਤੁਹਾਡੇ ਤੱਕ ਪਹੁੰਚਾ ਸਕੀਏ।